ਭਗਵੰਤ ਮਾਨ ਸਰਕਾਰ ਆਪਣੇ ਵਾਅਦੇ ਤੇ ਖਰੀ ਉਤਰਦੀ ਹੋਈ ਹੋਰ ਵਾਅਦੇ ਕਿੱਥੇ ਹੋਵੇ ਆਓ ਦੇਖਦੇ ਹਾਂ ਕੀ ਕਹਿ ਰਿਹਾ ਸੀਐਮ ਭਗਵੰਤ ਮਾਨ ਰੂਪਨਗਰ ਤੋਂ ਐਮਐਲਏ ਤੇ ਬਹੁਤ ਹੀ ਜੁਝਾਰੂ ਤੇ ਜਨੂਨੀ ਤਰੀਕੇ ਨਾਲ ਕੰਮ ਕਰਨ ਵਾਲੇ ਮੇਰੇ ਸਾਥੀ ਦਿਨੇਸ਼ ਚੱਡਾ ਜੀ ਪਵਿੱਤਰ ਧਰਤੀ ਸ੍ਰੀ ਚਮਕੌਰ ਸਾਹਿਬ ਤੋਂ ਨਾਲ ਨਾਲ ਪਹਿਲਾਂ ਸਰੀਰਕ ਤੌਰ ਤੇ ਲੋਕਾਂ ਦੇ ਪ੍ਰਸ਼ਨ ਕਰਦੇ ਸੀ ਅੱਜ ਕੱਲ੍ਹ ਸਮਾਜਿਕ ਤੌਰ ਤੇ ਜਿਹੜੀਆਂ ਬੁਰਾਈਆਂ ਸਮਾਜ ਦੇ ਵਿੱਚ ਨੇ ਉਹਨਾਂ ਦਾ ਆਪਰੇਸ਼ਨ ਕਰਦੇ ਨੇ ਡਾਕਟਰ ਚੰਨੀ ਸਾਹਿਬ ਸਾਡੇ ਐਮਐਲਏ ਚਮਕੌਰ ਸਾਹਿਬ ਸਾਡੀ ਪਾਰਟੀ ਦੇ ਆਨੰਦਪੁਰ ਸਾਹਿਬ ਦੇ ਨੰਗਲ ਦੇ ਰੋਪੜ ਦੇ ਆਲੇ ਦੁਆਲੇ ਦੇ ਸਾਰੇ ਦਰਜਾ ਬਦਰਜਾ ਵਲੰਟੀਅਰ ਸਾਹਿਬਾਨ ਜਿਨ੍ਹਾਂ ਨੇ ਆਪਣੇ ਮੋਟਰਸਾਈਕਲਾਂ ਗੱਡੀਆਂ 'ਚ ਪੱਲਿਓ ਤੇਲ ਪਵਾ ਕੇ ਬਹੁਤ ਵਾਰੀ ਰੋਡ ਸ਼ੋਅ ਦੇ ਵਿੱਚ ਮੇਰਾ ਮਾਨ ਸਨਮਾਨ ਕੀਤਾ ਮਾਨ ਸਨਮਾਨ ਵਧਾਇਆ ਸ਼ਾਇਦ ਉਦੋਂ ਨਹੀਂ ਮਿਲ ਸਕੇ ਹੋਵਾਂਗੇ ਕਦੇ ਲੇਟ ਹੋਵਾਂਗੇ ਕਦੇ ਜਲਦੀ ਜਲਦੀ 'ਚ ਹੋਵਾਂਗੇ ਅੱਜ ਇੱਥੇ ਆ ਕੇ ਵੀ ਉਹਨਾਂ ਨੇ ਮਾਨ ਸਨਮਾਨ ਵਧਾਇਆ ਬਹੁਤ ਬਹੁਤ ਧੰਨਵਾਦ ਤੁਹਾਡਾ ਮੈਂ ਤੁਹਾਨੂੰ ਵਾਅਦਾ ਕੀਤਾ ਸੀ ਜਿਸ ਵੇਲੇ ਅਰਵਿੰਦ ਕੇਜਰੀਵਾਲ ਜੀ ਉਹਨਾਂ ਦੀ ਟੀਮ ਅਸੀਂ ਸਾਰੇ ਪੂਰੇ ਪੰਜਾਬ ਦੇ ਪਿੰਡ ਪਿੰਡ ਜਾ ਰਹੇ ਸੀ ਪੂਰੇ ਪੰਜਾਬ ਦੇ ਕਸਬਿਆਂ 'ਚ ਜਾ ਰਹੇ ਸੀ ਸ਼ਹਿਰਾਂ 'ਚ ਜਾ ਰਹੇ ਸੀ ਅਸੀਂ ਇੱਕ ਗੱਲ ਕਹਿ ਰਹੇ ਸੀ ਕਿ ਇੱਕ ਮੌਕਾ ਦੇ ਦਿਓ ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗ ਜੂਗਾ ਪੁਰਾਣੀਆਂ ਸਰਕਾਰਾਂ ਤੇ ਇਸ ਸਰਕਾਰ ਦੇ ਫਰਕ ਦਾ ਪੰਜਾਬ ਦੇ ਲੋਕਾਂ ਨੇ ਲਾਈਨਾਂ 'ਚ ਲੱਗ ਕੇ ਪਿਛਲੇ ਸਾਲ ਝਾੜੂ ਵਾਲਾ ਇੱਕ ਬਟਨ ਦੱਬਿਆ ਉਸ ਝਾੜੂ ਵਾਲੇ ਇੱਕ ਬਟਨ ਦੱਬਣ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਬਤੌਰ ਮੁੱਖ ਮੰਤਰੀ ਮੇਰੀ ਡਿਊਟੀ ਲੱਗੀ ਤੇ ਮੈਂ ਤੇ ਮੇਰੇ ਸਾਥੀ ਅੱਜ ਕੱਲ ਹਰ ਰੋਜ਼ ਲੋਕਾਂ ਦੇ ਹੱਕ 'ਚ ਮੈਂ ਤਾਂ ਆਪਣਾ ਦੱਸ ਸਕਦਾ ਕਿ ਘੱਟ ਤੋਂ ਘੱਟ 4 ਤੋਂ 5 ਬਟਨ ਹਰ ਰੋਜ਼ ਦੱਬਦਾ ਮੈਂ ਜਿਹੜੇ ਲੋਕਾਂ ਦੇ ਹੱਕ 'ਚ ਹੁੰਦੇ ਨੇ ਅੱਜ ਵੀ ਦੱਬਿਆ ਉਹਦੇ ਨਾਲ ਉਹ ਖੁੱਲ੍ਹ ਗਿਆ ਕਿਤੇ ਇੱਕ ਬਟਨ ਦੱਬਣ ਨਾਲ ਵੇਰਕਾ ਦੇ ਨਵੇਂ ਪਲਾਂਟ ਦਾ ਉਦਘਾਟਨ ਹੋ ਜਾਂਦਾ ਕਿਤੇ ਇੱਕ ਬਟਨ ਦੱਬਣ ਨਾਲ ਸੀਵਰੇਜ ਬੋਰਡ ਦਾ ਉਦਘਾਟਨ ਹੋ ਜਾਂਦਾ ਕਿਤੇ ਇੱਕ ਬਟਨ ਦੱਬਣ ਨਾਲ ਕਿਸੇ ਸਕੂਲ ਦੀ ਬਿਲਡਿੰਗ ਦਾ ਉਦਘਾਟਨ ਹੋ ਜਾਂਦਾ ਸੋ ਉਹ ਤਾਂ ਦੱਬ ਰਿਹਾ ਮੈਂ ਬਟਨ ਕਿਉਂਕਿ ਪਹਿਲਾਂ ਲੋਕਾਂ ਨੇ ਦੱਬਿਆ ਉਹ ਬਟਨ ਜੋ ਦੱਬਣ ਜੋਗਾ ਮੈਨੂੰ ਕੀਤਾ ਪਰ ਕੁਛ ਗੱਲਾਂ ਅਸੀਂ ਇਹੋ ਜਿਹੀਆਂ ਵੀ ਕੀਤੀਆਂ ਚਲੋ ਬਿਜਲੀ ਦਾ ਵਾਅਦਾ ਕੀਤਾ ਸੀ ਅਸੀਂ ਗਰੰਟੀ ਲਈ ਸੀ ਕਰਪਸ਼ਨ ਫਰੀ ਪੰਜਾਬ ਕਰਨ ਦੀ ਗਰੰਟੀ ਲਈ ਸੀ ਰੋਜ਼ਗਾਰ ਦੇਣ ਦੀ ਗਰੰਟੀ ਲਈ ਸੀ ਪੰਜਾਬ ਦੇ ਵਿੱਚ ਜਿਹੜਾ ਸਕੂਲਾਂ ਹਸਪਤਾਲਾਂ ਦਾ ਪੱਧਰ ਉੱਚਾ ਚੱਕਣ ਦੀ ਆਮ ਆਦਮੀ ਕਲੀਨਿਕਾਂ ਦੀ ਗਰੰਟੀ ਲਈ ਸੀ ਉਹ ਤਾਂ ਪੂਰੀ ਕਰਨੀ ਓ ਕਰਨੀ ਹੈ ਕੁਛ ਇਹੋ ਜਿਹੀਆਂ ਵੀ ਸੀ ਜਿਹੜੀਆਂ ਅਸੀਂ ਗਰੰਟੀਆਂ ਤੋਂ ਬਿਨਾਂ ਵੀ ਕਰਦੇ ਹਾਂ ਜਿਵੇਂ ਕਿ ਇੱਥੇ ਅੱਜ ਬੈਠੇ ਮੈਂ ਲੋਕ ਸਭਾ ਦੇ ਵਿੱਚ ਇਹ ਬੋਲੀ ਸੀ ਗੱਲ ਬਹੁਤ ਸਾਰੇ ਲੋਕਾਂ ਨੇ ਉਹ ਵੀਡੀਓ ਵੀ ਪਿਛਲੀ ਵਾਰ ਵੀ ਪਾਈ ਸੀ ਵੀ ਅੱਧੀ ਵੀਡੀਓ ਲੋਕ ਸਭਾ ਵਾਲੀ ਅਤੇ ਅੱਧੀ ਉਹ ਜੋ ਮੈਂ ਲੋਕ ਸਭਾ ਵਿੱਚ ਬਤੌਰ MP ਮੁੱਦੇ ਚੁੱਕੇ ਜਦੋਂ ਵੀ ਉਹਨਾਂ 'ਚੋਂ ਕੋਈ ਮੁੱਦਾ ਮੇਰੇ ਸਾਹਮਣੇ ਬਤੌਰ ਮੁੱਖ ਮੰਤਰੀ ਹੱਲ ਕਰਨ ਵਾਸਤੇ ਆਉਂਦਾ ਤਾਂ ਮੈਂ ਉਸ ਕਹਿਣੀ ਅਤੇ ਕਥਨੀ 'ਤੇ ਪੂਰਾ ਉਤਰਨ ਦੀ ਕੋਸ਼ਿਸ਼ ਕਰਦਾ ਕਿ ਮੈਂ ਜੋ ਮੁੱਦਾ ਲੋਕ ਸਭਾ 'ਚ ਉਠਾਇਆ ਸੀ ਜੇ ਹੁਣ ਮੇਰੇ ਕੋਲ ਮੌਕਾ ਆਇਆ ਉਸੇ ਮੁੱਦੇ ਨੂੰ ਹੱਲ ਕਰਨ ਦਾ ਤਾਂ ਮੈਂ ਦੇਰ ਨਹੀਂ ਲਾਉਂਦਾ ਜੀ ਉਸ ਮੁੱਦੇ ਨੂੰ ਹੱਲ ਕਰਨ ਵੇਲੇ ਉਸ ਫਾਈਲ 'ਤੇ ਸਾਈਨ ਕਰਨ ਵੇਲੇ ਮੈਂ ਲੋਕ ਸਭਾ 'ਚ ਕਿਹਾ ਸੀ ਕਿ ਸਾਰੀਆਂ ਸੜਕਾਂ 'ਤੇ ਟੋਲ ਪਲਾਜ਼ੇ ਲਾ ਦੇ ਜਦੋਂ ਅਸੀਂ ਗੱਡੀ ਖਰੀਦਦੇ ਹਾਂ ਸ਼ੋਰੂਮ 'ਚੋਂ ਗੱਡੀ ਲੈ ਕੇ ਆਉਂਦੇ ਹਾਂ ਤਾਂ ਉਸ ਗੱਡੀ ਦੀ ਕੀਮਤ 'ਤੇ ਵੀ 7 ਜਾਂ 8% ਗੱਡੀ ਦੀ ਕੀਮਤ ਮੁਤਾਬਕ ਰੋਡ ਟੈਕਸ ਹੁੰਦਾ ਪੈਟਰੋਲ ਦੇ ਵਿੱਚ ਰੋਡ ਸੈੱਸ ਹੈ ਬਿਜਲੀ ਦੇ ਬਿੱਲਾਂ 'ਚ ਰੋਡ ਸੈੱਸ ਹੈ ਤਾਂ ਫਿਰ ਉਹ ਟੈਕਸ ਜਿਹੜਾ ਉਹ ਕਿਹੜੀਆਂ ਸੜਕਾਂ ਦਾ ਹੈ ਜੇ ਤੁਸੀਂ ਸੜਕਾਂ ਸਾਨੂੰ ਰੈਂਟ 'ਤੇ ਦੇਣੀਆਂ ਨੇ
ਸੜਕ ਰੈਂਟ ਤੇ ਲੈਂਦੇ ਕਿਰਾਏ ਤੇ ਲੈਂਦੇ ਆਪਾਂ, ਬਾਕੀ ਤਾਂ ਚਲੋ 24 ਘੰਟੇ ਸੀ ਤੇ 24 ਘੰਟੇ ਵੀ ਨਹੀਂ ਹੈਗੇ, ਇੱਕ ਵਾਰੀ ਲੰਘ ਗਏ ਭਾਵੇਂ 5 ਮਿੰਟ ਆਓ ਵਾਪਸ ਆਓ ਦੁਬਾਰਾ ਪਰਚੀ ਕਟਾਉਣੀ। ਤਾਂ ਫਿਰ ਉਸ ਸਿਲਸਿਲੇ 'ਚ ਅਸੀਂ ਇਹਨਾਂ ਨੂੰ ਕੰਪਨੀਆਂ ਦੇ ਕਾਗਜ਼ ਫਰੋਲੇ, ਤਾਂ ਹੈਰਾਨੀਜਨਕ ਲੁੱਟ ਸਾਹਮਣੇ ਆਈ ਹੈ ਜੀ, ਹੈਰਾਨੀਜਨਕ। ਇਸ ਤੋਂ ਪਹਿਲਾਂ ਅਸੀਂ 7 ਟੋਲ ਪਲਾਜ਼ੇ ਬੰਦ ਕਰ ਚੁੱਕੇ ਹਾਂ, ਇਹ 8ਵੇਂ, ਔਰ 7 ਦੇ 7 ਇਹ ਨਹੀਂ ਹੈਗਾ ਕਿ ਉਹਨਾਂ ਦੀ ਡੇਟ ਜਿਹੜੀ ਹੈ ਐਕਸਪਾਇਰੀ ਆ ਗਈ ਸੀਗੀ ਅਤੇ ਉਹਨੂੰ ਬੰਦ ਹੀ ਕਰਨਾ ਪੈਣਾ ਸੀ ਜਾਂ ਉਹਨੇ ਚੁੱਕ ਹੀ ਜਾਣਾ ਸੀ। ਨੋ, ਉਹਨਾਂ ਨੂੰ ਬੰਦ ਕਰਨ ਦੇ ਕਈ ਮੌਕੇ ਕਾਂਗਰਸ ਕੋਲ ਆਏ, ਕਈ ਮੌਕੇ ਅਕਾਲੀ ਦਲ ਕੋਲ ਆਏ, ਉਦੋਂ ਨਹੀਂ ਕੀਤੇ ਉਹਨਾਂ ਨੇ, ਮਿਲੀ ਭੁਗਤ ਸੀ। ਫਿਰ ਉਹਨਾਂ ਨੇ ਅੱਗੇ ਐਕਸਟੈਂਸ਼ਨ ਮੰਗੀ ਸਾਡੇ ਤੋਂ ਵੀ, ਅਸੀਂ ਨਹੀਂ ਦਿੱਤੀ ਉਹ, ਕਿਉਂਕਿ ਸਾਡੀ ਨੀਅਤ ਸਾਫ ਹੈ, ਤਾਂ ਕਰਕੇ ਅਸੀਂ ਇੱਥੇ ਆਏ। ਸੰਗਰੂਰ ਅਤੇ ਲੁਧਿਆਣਾ ਰੋਡ 'ਤੇ 2 ਟੋਲ ਪਲਾਜ਼ੇ ਬੰਦ ਕੀਤੇ, ਹੁਸ਼ਿਆਰਪੁਰ ਟਾਂਡਾ ਰੋਡ 'ਤੇ 1 ਟੋਲ ਪਲਾਜ਼ਾ ਬੰਦ ਕੀਤਾ, 3 ਬਲਾਚੌਰ ਗੜਸ਼ੰਕਰ ਅਤੇ ਹੁਸ਼ਿਆਰਪੁਰ ਰੋਡ 'ਤੇ 3 ਉਹ ਹੋ ਗਏ, 6 ਹਾਈ ਲੈਵਲ ਬ੍ਰਿਜ 'ਤੇ ਮੱਖੂ, 7 ਅਤੇ ਕੀਰਤਪੁਰ ਸਾਹਿਬ ਨੰਗਲ ਊਨਾ ਰੋਡ 'ਤੇ ਅੱਜ ਵਾਲਾ 8ਵੇਂ ਜੀ। ਹੁਣ ਮੈਂ ਇਹਦਾ ਚਿੱਠਾ ਦੱਸ ਦਿੰਦਾ ਵੀ ਇਹ ਕਿੰਨੇ ਚਿਰ ਦਾ ਐਗਰੀਮੈਂਟ ਹੋਇਆ, ਕਦੋਂ ਇਹਦੇ ਵਿੱਚ ਲੋਕਾਂ ਨੂੰ ਲੁੱਟਿਆ ਗਿਆ, ਕਦੋਂ ਲੋਕਾਂ ਦੀਆਂ ਜੇਬਾਂ ਨੂੰ ਵਾਰ ਵਾਰ ਲੁੱਟਣ ਲਈ ਸਾਈਨ ਕੀਤੇ ਗਏ। ਇਹ ਜਿਹੜਾ ਪ੍ਰੋਜੈਕਟ ਹੈ ਇਹ 10-10-2006 ਨੂੰ, 10 ਅਕਤੂਬਰ 2006 ਨੂੰ, ਯਾਨੀ ਕਿ ਉਦੋਂ ਕਾਂਗਰਸ ਦੀ ਸਰਕਾਰ ਸੀ, ਕੈਪਟਨ ਸਾਹਿਬ ਦੀ ਸਰਕਾਰ ਸੀ, ਸਾਈਨ ਹੋਇਆ 16.5 ਸਾਲ ਵਾਸਤੇ। ਇਹਦੀ ਐਕਸਪਾਇਰੀ ਸੀ 9/4/2023, ਹਜੇ 1 ਹਫ਼ਤੇ ਬਾਅਦ ਆਵਾਂਗੀ। ਤਾਂ ਇਹ 20/11/2007 ਨੂੰ ਚੱਲ ਪਿਆ, 20 ਨਵੰਬਰ 2007 ਨੂੰ ਇਹ ਚੱਲ ਪਿਆ। ਤਾਂ ਇਹਨਾਂ ਨੇ ਕੀ ਕੀਤਾ, ਜੋ ਇਹਨਾਂ ਨਾਲ ਐਗਰੀਮੈਂਟ ਹੋਏ ਸੀ ਉਹਦੇ ਮੁਤਾਬਕ ਇਹਨਾਂ ਨੇ ਚਲਾਉਣ ਤੋਂ ਬਾਅਦ ਜਿਹੜੀ ਸ਼ਰਤਾਂ ਸੀ, ਪਹਿਲਾਂ ਓਵਰਲੇ ਮਤਲਬ ਸੜਕ ਦੇ ਉੱਤੇ ਪਹਿਲਾਂ ਜਿਹੜਾ ਮਟੀਰੀਅਲ ਪਾਉਣਾ ਸੀ ਉਹ 19 ਨਵੰਬਰ 2013 ਨੂੰ ਪਾਉਣਾ ਸੀ, 13 ਤੱਕ, ਪਰ ਇਹਨਾਂ ਨੇ 1 ਨਵੰਬਰ 2014 ਨੂੰ ਪਾਇਆ, 347 ਦਿਨ ਲੇਟ। ਇਸ ਦੇਰੀ ਦੇ ਆਧਾਰ 'ਤੇ ਇਸ ਐਗਰੀਮੈਂਟ ਨੂੰ ਰੱਦ ਕੀਤਾ ਜਾ ਸਕਦਾ ਸੀ 2014 'ਚ, ਉਦੋਂ ਅਕਾਲੀ ਦਲ ਦੀ ਸਰਕਾਰ ਸੀ। ਦੇਖੋ ਸੁਨੀਲੀ ਭੁਗਤ, ਦੇਖੋ ਸਾਈਨ ਹੋਇਆ 2006 'ਚ, 7 'ਚ ਚੱਲ ਪਿਆ, ਇਹਨਾਂ ਅਕਾਲੀ ਦਲ ਦੀ ਸਰਕਾਰ ਆ ਗਈ, ਉਹ ਪੂਰਾ ਨਹੀਂ ਕੀਤਾ ਜਿਹੜੀ ਐਗਰੀਮੈਂਟ ਦੀ ਸ਼ਰਤ ਹੈ, ਪਰ ਫਿਰ ਵੀ ਚੱਲਿਆ, ਕਿਉਂਕਿ ਇੱਕੋ ਹੀ ਗੱਲ ਹੈ, ਚਾਚੇ ਭਤੀਜੇ ਦੀ ਆਪਸ 'ਚ ਸੈਟਿੰਗ ਸੀ। ਉਸ ਤੋਂ ਬਾਅਦ ਉਦੋਂ ਮੰਤਰੀ ਸੀ ਜਿਸ ਵੇਲੇ ਸ਼ਰਨਜੀਤ ਢਿੱਲੋਂ, ਜਦੋਂ ਦੂਜੀ ਵਾਰ ਸੜਕ 'ਤੇ ਬਜਰੀ ਅਤੇ ਸੜਕ 'ਤੇ ਸਾਰਾ ਸਮਾਨ ਪਾਉਣਾ ਸੀ ਮਟੀਰੀਅਲ, ਉਹ ਸੀਗਾ ਜੀ 19 ਨਵੰਬਰ 2017, ਪਰ ਇਹਨਾਂ ਨੇ 16 ਨਵੰਬਰ 2020 ਤੱਕ ਲੈ ਗਏ, 1093 ਦਿਨ ਲੇਟ ਕੀਤੇ ਜੀ। ਉਦੋਂ ਵੀ 2017 ਦੇ ਵਿੱਚ ਨਵੰਬਰ 'ਚ ਇਹ ਐਗਰੀਮੈਂਟ ਟਰਮੀਨੇਟ ਹੋ ਸਕਦਾ ਸੀ ਕਿ ਤੁਸੀਂ ਆਪਣੀ ਸ਼ਰਤ ਨਹੀਂ ਪੂਰੀ ਕੀਤੀ, ਤੁਸੀਂ ਇੰਨਾ ਲੇਟ ਚੱਲ ਰਹੇ ਹੋ, ਇਸ ਕਰਕੇ ਤੁਹਾਡਾ ਜਿਹੜਾ ਐਗਰੀਮੈਂਟ ਖਤਮ। ਪਰ 2020 ਤੱਕ ਲੈ ਗਏ, 1093 ਦਿਨ ਦੇਰੀ ਨਾਲ ਐਗਰੀਮੈਂਟ ਨਹੀਂ ਟਰਮੀਨੇਟ ਹੋਇਆ, ਐਗਰੀਮੈਂਟ ਬਿਲਕੁਲ ਉਧਰ ਰਿਹਾ, ਉਦੋਂ ਫਿਰ ਕਾਂਗਰਸ ਦੀ ਸਰਕਾਰ ਆ ਗਈ ਸੀ। ਤੁਸੀਂ ਦੇਖੋ ਕਾਂਗਰਸ ਦੀ ਸਰਕਾਰ ਵੇਲੇ ਲੋਕਾਂ ਦੀ ਲੁੱਟ ਦਾ ਐਗਰੀਮੈਂਟ ਹੋਇਆ, ਅਕਾਲੀਆਂ ਦੇ ਦਲ ਵੇਲੇ ਇੱਕ ਮੌਕਾ ਮਿਲਿਆ ਕਿ ਲੋਕਾਂ ਦੇ ਪੈਸੇ ਬਚ ਸਕਦੇ ਨੇ, ਪਰ ਅਕਾਲੀ ਦਲ ਨੇ ਨਹੀਂ ਕੀਤਾ, ਜਾਰੀ ਰੱਖਿਆ, ਫਿਰ ਕਾਂਗਰਸ ਦੀ ਸਰਕਾਰ ਆ ਗਈ, ਫਿਰ ਜਾਰੀ ਰੱਖਿਆ। ਅਤੇ ਜਿਹੜੀ ਉਦੋਂ ਮੰਤਰੀ ਸੀਗੇ ਬਿਜਿੰਦਰ ਸਿੰਗਲਾ,
ਜਾਂ ਥੋੜ੍ਹੀ ਦੇਰ ਰਜ਼ੀਆ ਸੁਲਤਾਨਾ ਵੀ ਰਹੇ। ਸੋ 200 ਦਿਨ ਤੋਂ ਦੇਰੀ ਨਾਲ ਓਵਰਲੇ ਕਰਨ 'ਤੇ ਟੋਲ ਰੱਦ ਹੋ ਸਕਦੇ ਸੀ ਪਰ ਇਹਨਾਂ ਨੇ ਨਹੀਂ ਕੀਤੇ। ਅਤੇ ਉਹ ਤੋਂ ਬਾਅਦ ਮੈਂ ਤੁਹਾਨੂੰ ਦੱਸ ਦਿੰਦਾ ਜੁਰਮਾਨਾ ਕਿੰਨਾ ਪਿਆ ਇਹਨਾਂ ਨੂੰ। ਪਹਿਲੇ ਓਵਰਲੇ ਦਾ ਜੁਰਮਾਨਾ ਪਿਆ ਜੀ 3,64,00,000, ਉਹਦੇ 'ਚ 9,23,00,000 ਰੁਪਈਆ ਇੰਟਰਸਟ ਦਾ ਪਾ ਕੇ 12,87,00,000 ਬਣ ਗਿਆ। ਦੂਜੇ ਓਵਰਲੇ ਦਾ ਪਿਆ ਜੀ 11,48,00,000, ਉਹ 'ਚ 9,79,00,000 ਪਾ ਕੇ ਜੀ 21,27,00,000 ਬਣ ਗਿਆ। ਅਤੇ ਹੁਣ ਤੱਕ ਟੋਟਲ ਇਸ ਕੰਪਨੀ ਤੋਂ 67,00,00,000 ਰੁਪਈਆ ਸਰਕਾਰ ਨੇ ਲੈਣਾ ਹੈ ਜੀ, 67,00,00,000। ਅਤੇ ਇਹਨਾਂ ਨੇ ਸਾਡੇ ਤੋਂ 582 ਦਿਨ ਹੋਰ ਮੰਗੇ ਆ ਜੀ। ਕਹਿੰਦੇ ਵੀ ਕਿਸਾਨ ਅੰਦੋਲਨ ਕਰਕੇ ਅਤੇ ਕੋਰੋਨਾ ਕਰਕੇ ਸਾਡਾ ਨੁਕਸਾਨ ਹੋ ਗਿਆ, ਨੁਕਸਾਨ ਹੋ ਗਿਆ ਜੀ ਇਹਨਾਂ ਦਾ। ਇੱਕ ਦਿਨ ਦੀ ਕਮਾਈ ਪਤਾ ਕਿੰਨੀ, ਅੱਜ ਤੋਂ ਜਿਹੜਾ ਬਚਣ ਲੱਗੂਗੀ 10,12,000 ਇੱਕ ਦਿਨ ਦਾ, ਇੱਕ ਦਿਨ ਦਾ 10,12,000 ਰੁਪਈਆ ਅੱਜ ਤੋਂ ਲੋਕਾਂ ਦਾ ਬਚਣ ਲੱਗੂਗਾ ਜੀ। ਇਹਨਾਂ ਨੂੰ ਘਾਟਾ, ਇਹਨਾਂ ਨੂੰ ਘਾਟਾ ਕੱਲ ਚੋਂ ਪੈ ਗਿਆ। ਇੱਥੇ ਕਿਹੜਾ ਕੋਈ ਕੱਚਾ ਮਾਲ ਲੱਗਦਾ ਜੀ, ਇੱਥੇ ਕਿਹੜਾ ਕੋਈ ਮਤਲਬ ਪ੍ਰੋਡਕਸ਼ਨ ਹੁੰਦੀ ਹੈ, ਇੱਥੇ ਕਿਹੜਾ ਕੋਈ ਫੈਕਟਰੀਆਂ ਲੱਗੀਆਂ ਹੋਈਆਂ ਨੇ। ਆਹ 3 ਸ਼ੀਸ਼ਿਆਂ ਜਿਹੜੇ ਲਾ ਕੇ ਪੈਸੇ ਫੜਨੇ ਹੈ ਲੋਕਾਂ ਤੋਂ, ਇੱਧਰੋਂ ਜਾਂਦੇ ਨੇ ਉਹਨਾਂ ਤੋਂ ਫੜ ਲਓ, ਉੱਧਰੋਂ ਉਹਦੇ ਇਹਨਾਂ ਤੋਂ ਫੜ ਲਓ, ਘਾਟਾ ਕਾਹਦਾ ਪੈ ਗਿਆ ਜੀ। ਪਹਿਲੇ ਹੀ ਇਹ ਤਾਂ ਬਹੁਤ ਵੱਡੇ ਜਿਹੜੇ ਫਾਇਦੇ 'ਚ ਨੇ, ਤੁਸੀਂ ਲਾਓ ਕਿ 35-36 ਕਰੋੜ ਰੁਪਈਆ ਇੱਕ ਸਾਲ ਦਾ ਹੋ ਗਿਆ ਜੀ, ਅਤੇ ਗੌਰਮੈਂਟ ਨੂੰ ਕੁਛ ਨਹੀਂ ਦਿੰਦੇ। 582 ਦਿਨ ਸਾਡੇ ਤੋਂ ਮੰਗਦੇ ਸੀ ਅਸੀਂ, ਕਿਉਂਕਿ ਇਹਨਾਂ ਨੂੰ 60 ਦਿਨ ਦੀ ਇੱਕ ਮੋਹਲਤ ਦੇਣੀ ਪੈਂਦੀ ਹੈ। ਅਸੀਂ 31 ਜਨਵਰੀ ਨੂੰ ਅਸੀਂ ਇਹਨਾਂ ਨੂੰ 60 ਦਿਨ ਦੀ ਮੋਹਲਤ ਦੇ ਦਿੱਤੀ ਸੀ ਅਤੇ ਉਹ 31 ਮਾਰਚ ਤੱਕ ਕੱਲ੍ਹ ਰਾਤ 12 ਵਜੇ ਖਤਮ ਹੋ ਗਈ। ਅਤੇ ਰਾਤ ਇਹਨਾਂ ਨੂੰ ਅਸੀਂ ਕਹਿਤਾ, ਮਹਿਕਮੇ ਵਾਲੇ ਬੰਦੇ ਭੇਜਤੇ ਵੀ ਆਪਣਾ ਬੋਰੀ ਬਿਸਤਰਾ ਚੱਕੋ, ਬਹੁਤ ਸਤਿ ਸ਼੍ਰੀ ਅਕਾਲ, ਬਹੁਤ ਸੇਵਾ ਕਰਨੀ ਤੁਸੀਂ। ਸੋ ਇਹ ਟੋਲ ਪਲਾਜ਼ਾ ਜਿਹੜਾ ਹੈ ਅੱਜ ਇਹਨੂੰ ਮੈਂ ਕੀ ਕਹਾਂ, ਅੱਜ ਤੋਂ ਇਹ ਲੋਕਾਂ ਲਈ ਖੁੱਲ੍ਹ ਗਿਆ, ਕੰਪਨੀ ਲਈ ਬੰਦ ਹੋ ਗਿਆ। ਸੋ ਅਸੀਂ 10,12,000 ਇੱਕ ਦਿਨ ਦਾ ਲੋਕਾਂ ਦਾ ਬਚਾਇਆ, ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਕਿਹਾ। ਕੀਰਤਪੁਰ ਸਾਹਿਬ ਗੁਰਦੁਆਰਾ ਸਾਹਿਬ ਇੱਥੇ ਇਸੇ ਰੋਡ 'ਤੇ ਹੈ, ਅੱਗੇ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਸੰਗਤਾਂ ਲੱਖਾਂ ਦੀ ਗਿਣਤੀ 'ਚ ਆਉਂਦੀਆਂ ਨੇ, ਹੁਣ ਵੀ ਟਰਾਲੀਆਂ ਭਰੀਆਂ ਭਰਾਈਆਂ ਆ ਰਹੀਆਂ ਸੀ। ਉਸ ਮਾਤਾ ਨੈਣਾ ਦੇਵੀ ਜੀ ਉਹਨਾਂ ਦਾ ਵੀ ਜਿਹੜਾ ਰਸਤਾ ਹੈ ਇਸੇ ਉਸ ਤੋਂ ਚੱਲਦਾ, ਮਨਾਲੀ ਨੂੰ ਵੀ ਲੋਕ ਇੱਥੋਂ ਹੀ ਜਾਂਦੇ ਆ। ਬਿਭੌਰ ਸਾਹਿਬ ਗੁਰਦੁਆਰਾ ਸਾਹਿਬ ਹੋ ਗਿਆ, ਬੁੱਢਣ ਸ਼ਾਹ ਜੀ ਦਾ, ਬਹੁਤ ਸਾਰੇ ਧਾਰਮਿਕ ਪਲੇਸ ਨੇ। ਸੋ ਇਹ ਹੁਣ ਇਹਦੇ ਵਿੱਚ ਮੈਨੂੰ ਇਹ ਦੱਸੋ ਕਿ ਇਹਦੇ 'ਚ ਕੀ ਕਹਿਣਗੇ ਜੀ। ਹੁਣ ਕਾਂਗਰਸ ਵੇਲੇ ਸਾਈਨ ਹੋਏ, ਅਕਾਲੀਆਂ ਵੇਲੇ ਵਧਾਵਾ ਮਿਲਿਆ, ਫਿਰ ਦੁਬਾਰਾ ਕਾਂਗਰਸ ਵੇਲੇ ਹੋਰ ਵਧਾਵਾ ਮਿਲਿਆ, ਅਤੇ ਜੇਕਰ ਤੁਸੀਂ ਪਿਛਲੇ ਸਾਲ ਝਾੜੂ ਵਾਲਾ ਬਟਨ ਨਾ ਦੱਬਿਆ ਹੁੰਦਾ, ਇਹਨਾਂ ਨੇ 582 ਮੰਗੇ ਸੀ, ਉਹਨਾਂ ਨੇ ਕਹਿਣਾ 582 ਕੀ ਜੀ, 7-800 ਕਰ ਲਓ ਵਿੱਚ ਹੀ, 400 ਤੁਹਾਡਾ 400 ਸਾਡਾ, ਅਸੀਂ ਕਹਿਣਾ ਸੀ ਇਹਨਾਂ ਨੇ। ਇੱਥੇ ਕਿਹੜਾ ਆਪਾਂ ਕਿਸੇ ਨੂੰ ਪੁੱਛਦੇ ਹਾਂ ਬਾਈ ਜੀ ਕਿੰਨੇ ਤਰੀਕ ਤੱਕ ਚੱਲੂਗਾ ਇਹ। ਅਸੀਂ ਸਾਰੀਆਂ ਕੰਪਨੀਆਂ ਨੂੰ ਕਹਿਤਾ ਕਿ ਐਕਸਪਾਇਰੀ ਡੇਟ ਲਿਖ ਕੇ ਲਾਓ ਇੱਥੇ, ਕਿੰਨੀ ਤਰੀਕ ਨੂੰ ਖਤਮ ਹੋਣਗੇ ਇਹ। ਹਜੇ 67 ਕਰੋੜ ਰੁਪਈਆ ਇਸ ਕੰਪਨੀ ਤੋਂ ਕਾਨੂੰਨੀ ਕਾਰਵਾਈ ਕਰਨੀ ਪਵੇ, ਜਿਹੜੇ ਜਿਹੜੇ ਮਰਜ਼ੀ ਵਕੀਲ ਕਰਨੇ ਪੈਣ, ਉਹ 67 ਕਰੋੜ ਰੁਪਈਆ ਵੀ ਵਸੂਲ ਕੇ ਇਸੇ ਸੜਕ ਦੀ ਰਿਪੇਅਰ 'ਤੇ ਲਾਵਾਂਗੇ, ਸੜਕ ਨਹੀਂ ਟੁੱਟਦੀ। ਅਸੀਂ 8 ਟੋਲ ਪਲਾਜ਼ੇ ਬੰਦ ਕਰਦੇ ਇੱਕ ਸਾਲ 'ਚ, ਇਹ ਨੀਤ ਸਾਫ਼ ਹੈ। ਇਹਨਾਂ ਬਾਰੇ ਕਦੇ ਹੋਇਆ, ਇਹਨਾਂ ਨੇ ਹੋਰ ਖੋਲ੍ਹ ਦੇਣੇ ਸੀ, ਅਸੀਂ 4-5 ਹੋਰ ਖੋਲ੍ਹਣ ਤੋਂ ਬੰਦ ਵੀ ਕੀਤੇ ਨੇ। ਭਵਾਨੀਗੜ੍ਹ ਰੋਡ 'ਤੇ, ਭਵਾਨੀਗੜ੍ਹ ਤੋਂ ਕੋਟ ਸ਼ਮੀਰ ਤੱਕ ਬਾਇਆ ਭੀਖੀ ਮਾਨਸਾ 4 ਲਾਉਣੇ ਸੀ, ਅਸੀਂ ਕਿਹਾ ਜੀ ਨਹੀਂ ਲਾਉਣੇ, ਅਸੀਂ
ਸੋ ਲੋਕਾਂ ਨੂੰ ਘਰੋਂ ਜਦੋਂ ਤੁਰਦੇ ਨੇ ਤੇਲ ਦੇ ਲਗਭਗ ਬਰਾਬਰ ਪੈ ਜਾਂਦਾ, ਸਮਝ ਲਓ ਜਿੰਨੇ ਪੈਸੇ ਦਾ ਤੇਲ ਲੱਗਿਆ ਉਨੇ ਪੈਸਿਆਂ ਦੇ ਟੋਲ ਲੱਗਦੇ ਨੇ, ਮਤਲਬ ਤੇਲ ਤੁਸੀਂ ਦੁੱਗਣੇ ਰੇਟ 'ਤੇ ਪਵਾ ਲਿਓ, ਇਹਦਾ ਮਤਲਬ ਤੇਲ ਦੇ ਬਰਾਬਰ ਦੇ ਪੈਸੇ ਇੱਧਰ ਦੇਣੇ ਪੈ ਰਹੇ ਨੇ। ਸੋ ਇਹ ਜਿਹੜਾ ਜਿੰਨੇ ਵੀ ਟੋਲ ਪਲਾਜ਼ੇ ਲਾ ਕੇ ਲੋਕਾਂ ਦੀ ਲੁੱਟ ਹੋ ਰਹੀ ਹੈ, ਉਹਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਬੰਦ ਕਰੂਗੀ। ਲੋਕਾਂ ਨਾਲ ਅਸੀਂ ਵਾਅਦੇ ਕੀਤੇ ਹੋਏ ਨੇ ਕਿ ਲੋਕਾਂ ਦਾ ਜਿੱਥੇ ਵੀ ਪੈਸਾ, ਇਹ ਨਹੀਂ ਹੈਗਾ ਹੁਣ ਕਿ ਖੋਲਤਾ ਅਤੇ ਬਸ ਠੀਕ ਹੈ। ਇਦੋਂ ਪਹਿਲਾਂ ਕਿਉਂ ਨਹੀਂ ਉਹਨੂੰ ਰੱਦ ਕੀਤਾ, ਕੌਣ ਕੌਣ ਉਸ ਵੇਲੇ ਮੰਤਰੀ ਸੀ, ਕਿਹੜੇ ਕਿਹੜੇ ਅਫਸਰ ਸੀ PWD ਨਾਲ ਸੰਬੰਧਿਤ ਜਿਨ੍ਹਾਂ ਨੇ ਇਹਨੂੰ ਅੱਗੇ ਵਧਾਇਆ, ਫਿਰ ਉਹਨਾਂ ਨੇ ਐਗਰੀਮੈਂਟ ਤੋੜਿਆ, ਫਿਰ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਤੁਸੀਂ ਸਾਡੇ ਨਾਲ ਹਿਸਾਬ ਕਰ ਲਓ, ਐਗਰੀਮੈਂਟ ਦੁਬਾਰੇ ਕਰ ਲੈਂਦੇ ਹਾਂ, ਐਗਰੀਮੈਂਟ ਫਿਰ ਠੀਕ ਕੀਤਾ। ਉਹਨਾਂ ਸਾਰਿਆਂ 'ਤੇ ਵਿਭਾਗੀ ਕਾਰਵਾਈ ਵੀ ਹੋਊਗੀ। ਜਿੰਨਾ ਮੈਂ ਹਰ ਰੋਜ਼ ਕਹਿੰਦਾ ਕਿ ਜਿੰਨੇ ਪੈਸੇ ਮਿਲ ਗਏ ਉਹ ਤਾਂ ਚਲੋ ਖਜ਼ਾਨੇ 'ਚ ਪਾਵਾਂਗੇ, ਜਿਹੜੇ ਇਹਨਾਂ ਨੇ ਇੱਧਰ ਉੱਧਰ ਕੀਤੇ ਨੇ ਬੇਨਾਮੀ ਪ੍ਰੋਪਰਟੀਆਂ ਜਾਂ ਉਹ ਵੀ ਪੰਜਾਬੀਆਂ ਦਾ ਇੱਕ ਇੱਕ ਪੈਸਾ ਜਿਹੜਾ ਉਹ ਖਜ਼ਾਨੇ 'ਚ ਲਿਆਉਂਦਾ ਜਾਊਗਾ, ਵਿਆਸ ਨਹੀਂ ਵਾਪਸ ਕਰਾਇਆ ਜਾਊਗਾ। ਇਸੇ ਕਰਕੇ ਜਿਹੜੇ ਪੰਜਾਬ ਦੇ ਲੋਕ ਨੇ ਉਹ ਹਰ ਰੋਜ਼ ਮੇਰੇ ਕੋਲ ਤਾਂ ਫੋਨ ਵੀ ਆਉਂਦੇ ਨੇ, ਮੈਨੂੰ ਤਾਂ ਵੈਸੇ ਵੀ ਮਿਲ ਲੈਂਦੇ ਨੇ, ਮੈਂ ਤੁਹਾਡੇ ਨਾਲ ਖੜਾ, ਅਤੇ ਇਸੇ ਕਰਕੇ ਉਹ ਕਹਿੰਦੇ ਨੇ ਕਿ ਸਾਨੂੰ ਇਸ ਗੱਲੋਂ ਬਹੁਤ ਰਾਹਤ ਮਿਲੀ ਹੈ। ਪਿਛਲੇ ਦਿਨੀ ਕੁਦਰਤ ਦੀ ਮਾਰ ਪਈ ਹੈ, ਮੈਂ ਥੋੜ੍ਹਾ ਟੌਪਿਕ ਬਦਲ ਲੈਂਦਾ, ਗੜੇ ਪਏ ਨੇ, ਮੀਂਹ ਪਿਆ, ਬੇਮੌਸਮੀ ਬਰਸਾਤ ਹੋਈ ਹੈ, ਤੁਹਾਡੇ ਇਲਾਕੇ 'ਚ ਵੀ ਬਹੁਤ ਸਾਰਾ ਨੁਕਸਾਨ ਹੋਇਆ ਹੋਊਗਾ। ਅਸੀਂ ਸਰਕਾਰ ਵੱਲੋਂ ਅਨਾਊਂਸ ਕੀਤਾ 75% ਤੋਂ 100% ਦੇ ਵਿੱਚ ਜੋ ਖਰਾਬ ਹੋਈ ਹੈ ਫਸਲ ਉਹਦਾ 15,000 ਰੁਪਈਆ ਵਿਸਾਖੀ ਤੱਕ ਉਹਦਾ ਚੈੱਕ ਮਿਲ ਜੂਗਾ ਜੀ, 15,000 ਰੁਪਈਏ ਦਾ। ਅਤੇ ਨੰਬਰ 2 'ਤੇ ਜਿਹੜਾ 33 ਤੋਂ 75 ਦਾ ਉਹਦਾ 6,800 ਰੁਪਈਆ ਜਿਹੜਾ ਉਹ ਚੈੱਕ ਮਿਲ ਜੂਗਾ। ਗਿਰਦਾਵਰੀ ਜਿਹੜੀ ਹੈ ਸਪੈਸ਼ਲ ਗਿਰਦਾਵਰੀ ਲਿਖਤੀ ਅਸੀਂ, ਔਰ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਜਾਰੀ ਕੀਤੇ ਗਏ ਨੇ ਕਿ ਜੇ ਕੋਈ ਪਟਵਾਰੀ, ਤਹਿਸੀਲਦਾਰ ਜਾਂ SDM ਗਿਰਦਾਵਰੀ ਕਰਨ ਜਾਂਦਾ ਪਿੰਡ 'ਚ, ਉਹ ਕਿਸੇ ਖਾਸ ਬੰਦੇ ਦੇ ਘਰੇ ਬੈਠ ਕੇ ਗਿਰਦਾਵਰੀ ਨਹੀਂ ਕਰੂਗਾ, ਉਹ ਪਿੰਡ ਦੇ ਲੋਕਾਂ ਦੇ ਸਾਹਮਣੇ ਗੁਰਦੁਆਰਾ ਸਾਹਿਬ 'ਚ ਜਾਂ ਕਿਸੇ ਸੱਥ 'ਚ ਜਾਂ ਸਾਂਝ ਜਗ੍ਹਾ 'ਤੇ ਬੈਠ ਕੇ ਗਿਰਦਾਵਰੀ ਕਰੂਗਾ, ਤਾਂ ਕਿ ਇਹ ਨਾ ਹੋਵੇ ਕਿ ਉਹ ਜਿਹੜਾ ਖਾਸ ਬੰਦਾ ਹੈ ਉਹ ਆਪਦੀ ਲਿਖਾ ਦੇ ਜਾਂ ਆਪਦੇ ਚਹੇਤਿਆਂ ਦੀ ਲਿਖਾ ਦੇ, ਬਾਕੀ ਸਾਰਾ ਪਿੰਡ ਨੂੰ ਮੁਆਵਜ਼ਾ ਨਾ ਮਿਲੇ। ਅਤੇ ਨੰਬਰ 3 'ਤੇ ਜਿਹੜਾ ਠੇਕੇ 'ਤੇ ਲੈ ਕੇ ਖੇਤੀ ਕਰ ਰਿਹਾ, ਜਿਹਦੀ ਫਸਲ ਮਰੀ ਹੈ, ਜਿਹੜਾ ਉਸ ਵੇਲੇ ਖੇਤੀ ਕਰ ਰਿਹਾ ਸੀ, ਪੈਸੇ ਉਹਨੂੰ ਮਿਲਣਗੇ ਨਾ ਕਿ ਉਹਦੇ ਮਾਲਕ ਨੂੰ। ਸੋ ਇਹ ਅਸੀਂ ਬਾਕੀ ਘਰ ਵੀ ਬਹੁਤ ਸਾਰੇ ਢਹਿ ਗਏ ਨੇ, 1,20,000 ਰੁਪਈਆ ਇੱਕ ਘਰ ਦਾ ਜਿਹੜਾ ਦੁਬਾਰਾ ਪਾਉਣ ਦਾ, ਅਤੇ 5,400 ਰੁਪਈਆ ਜਿਹੜਾ ਉਹ ਰਿਪੇਅਰ ਦਾ ਅਸੀਂ ਕਰਾਂਗੇ। ਸਾਡਾ ਫਰਜ਼ ਬਣਦਾ ਕਿ ਜਦੋਂ ਸੰਕਟ ਆਵੇ ਤਾਂ ਸਰਕਾਰਾਂ ਦਾ ਫਰਜ਼ ਬਣਦਾ ਕਿ ਨਾਲ ਖੜ੍ਹੇ ਲੋਕਾਂ ਦੇ। ਅਤੇ ਜਿਹੜੀ ਬੈਂਕ ਦੀ ਕੋਆਪਰੇਟਿਵ ਬੈਂਕਾਂ ਦੀਆਂ ਲਿਮਿਟਾਂ ਬਣਾਈਆਂ ਹੋਈਆਂ ਸੀ, ਉਹਨਾਂ ਦੀ ਜਿਹੜੀ ਕਿਸ਼ਤ ਹੈ ਇਸ ਵਾਰ ਵਾਲੀ, ਉਹਨੂੰ ਅਸੀਂ ਫਰੀਜ਼ ਕਰਕੇ ਅੱਗੇ ਲੈ ਜਾਵਾਂਗੇ, ਕੋਈ ਵਿਆਜ ਨਹੀਂ ਅੱਗੇ ਵਧੂਗਾ। ਜਦੋਂ ਕਬੀਲਦਾਰੀ ਲੀਹ 'ਤੇ ਆ ਗਈ ਉਦੋਂ ਭਰ ਦਿਓ, ਹੁਣ ਤੁਹਾਨੂੰ ਕੋਈ ਲਿਮਿਟ 'ਤੇ ਕਿਸ਼ਤ ਭਰਨ ਦੀ ਲੋੜ ਨਹੀਂ। ਸੋ ਇਹ ਆਮ ਲੋਕਾਂ ਲਈ ਸਾਡੇ ਕੋਲ ਜਿਹੜੀਆਂ ਜਦੋਂ ਵੀ ਮੌਕਾ ਮਿਲਦਾ ਆਮ ਲੋਕਾਂ ਲਈ ਅਸੀਂ ਜਿਹੜੀਆਂ ਫਾਈਲਾਂ ਨੇ ਉਹ ਖੋਲ੍ਹ ਕੇ ਉਹਨਾਂ 'ਤੇ ਸਾਈਨ ਕਰਦੇ ਹਾਂ। ਤੁਹਾਨੂੰ ਹੁਣ ਤਾਂ ਤੁਹਾਡੇ ਤੱਕ ਫੈਸਲੇ ਪਹੁੰਚਣ ਵੀ ਲੱਗ ਗਏ, ਆਉਣ ਵਾਲੇ ਦਿਨਾਂ 'ਚ ਹੋਰ ਵੀ ਤਰੱਕੀਆਂ ਸਕੂਲਾਂ ਦੀਆਂ ਅਤੇ ਹਸਪਤਾਲਾਂ ਦੀਆਂ, ਆਉਣ ਵਾਲੇ ਦਿਨਾਂ 'ਚ ਬਹੁਤ ਸਾਰੇ ਵੱਡੇ ਵੱਡੇ ਹੋਰ ਕਦਮ ਚੁੱਕੇ ਜਾਣਗੇ ਤਾਂ ਕਿ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾ ਸਕੇ ਜੀ। ਭਾਵੇਂ ਜੀ ਦੇਖੋ ਜੀ, ਮੈਂ ਅੱਜ ਟੋਲ ਪਲਾਜ਼ੇ ਨਾਲ ਸੰਬੰਧਿਤ ਜਿਹੜੇ ਸਵਾਲ ਨੇ ਉਹਨਾਂ ਦਾ ਮੈਂ ਜਵਾਬ ਦੇਵਾਂਗਾ ਕਿ PWD ਇਹਨਾਂ ਸੜਕਾਂ ਨੂੰ ਟੇਕ ਓਵਰ ਕਰੂਗੀ। ਔਰ ਇਹ ਨਹੀਂ ਹੈਗਾ, ਮੈਂ ਇਹ ਵੀ ਔਡਰ ਜਾਰੀ ਕੀਤੇ ਨੇ ਕਿ ਸੜਕਾਂ ਟੁੱਟ ਜਾਣ, ਇਹਨਾਂ ਸੜਕਾਂ ਦੀ ਕੇਅਰ ਹੀ ਨਾ ਕੀਤੀ ਜਾਵੇ। ਸੋ ਅਸੀਂ ਇਹ ਮਾਹੌਲ ਨਹੀਂ ਕ੍ਰੀਏਟ ਕਰਨਾ ਚਾਹੁੰਦੇ ਕਿ ਲੋਕ ਇਹ ਕਹਿਣ ਅੱਜ ਤੋਂ 6 ਮਹੀਨਿਆਂ ਨੂੰ ਕਿ ਇਹਦੇ ਨਾਲ ਤਾਂ ਪੈਸੇ ਦੇ ਕੇ ਹੀ ਚੰਗਾ ਸੀ, ਠੀਕ ਹੈ ਨਾ। ਸੋ ਅਸੀਂ ਇਹ ਨਹੀਂ ਹੋਣ ਦੇਣਾ। ਇਹ ਸੜਕ 'ਤੇ ਜਿਵੇਂ ਹੁਣ 67 ਕਰੋੜ ਰੁਪਏ ਇਹਨਾਂ ਤੋਂ ਪੈਸੇ ਲੈਣੇ ਨੇ,
ਉਹਦੇ ਨਾਲ ਤਾਂ ਜਿੰਨਾ ਚਿਰ ਮਰਜ਼ੀ ਅਸਲੀ ਲੁੱਕ ਪਈ ਹੋਵੇ, ਅਸਲੀ ਬਜਰੀ ਪਈ ਹੋਵੇ, ਤਾਂ 67 ਕਰੋੜ ਰੁਪਏ ਨਾਲ ਤਾਂ ਜਿੰਨਾ ਮਰਜ਼ੀ ਤੁਸੀਂ ਬਣਾ ਲਓ। ਸੋ ਇਹਨਾਂ ਨੇ ਪਹਿਲਾਂ ਕਾਗਜ਼ਾਂ 'ਚ ਹੀ ਜਿਹੜੀ ਹੈ ਉਹ ਪਾਈ ਹੈ। ਸੋ ਇਸ ਕਰਕੇ ਜਿੰਨੀਆਂ ਵੀ ਸੜਕਾਂ ਨੇ ਉਹਨਾਂ ਟੋਲ ਵਾਲੀਆਂ ਚਾਹੇ ਦੂਜੀਆਂ, ਉਹ ਵੀ ਸਾਰੀਆਂ ਜਿਹੜੀਆਂ ਨੇ ਉਹ ਪੰਜਾਬ ਦੀਆਂ ਸੜਕਾਂ ਜਿਹੜੀਆਂ ਨੇ ਉਹਨਾਂ ਨੂੰ ਜਿਹੜਾ ਨੰਬਰ 1 ਸੜਕਾਂ ਅਸੀਂ ਰੱਖਾਂਗੇ। ਔਰ ਬਿਲਕੁਲ ਜਿਹੜੀਆਂ ਸੜਕਾਂ ਦੇ ਵਿੱਚ ਕੋਈ ਟੋਏ ਜਾਂ ਕੋਈ ਸੜਕਾਂ ਟੁੱਟੀਆਂ ਵਾਲਾ ਕੋਈ ਸ਼ਿਕਾਇਤ ਨਹੀਂ ਆਊਗੀ। ਔਰ ਦੂਜਾ RDF, ਕਿਉਂਕਿ ਰੂਰਲ ਡਿਵੈਲਪਮੈਂਟ ਫੰਡ ਦਾ ਪੈਸਾ ਜਿਹੜਾ ਉਹਦੇ ਨਾਲ ਮੰਡੀਆਂ ਅਤੇ ਮੰਡੀਆਂ ਨੂੰ ਜਾਂਦੀਆਂ ਸੜਕਾਂ ਬਣਦੀਆਂ ਨੇ। ਲਗਭਗ 67,000 ਕਿਲੋਮੀਟਰ ਸੜਕਾਂ ਨੇ ਜਿਹੜੀਆਂ RDF ਨਾਲ ਰਿਲੇਟਡ ਨੇ। ਸੋ ਕੇਂਦਰ ਨੂੰ ਅਸੀਂ ਕਈ ਵਾਰੀ ਲਿਖ ਚੁੱਕੇ ਹਾਂ ਕਿ RDF ਦਾ ਪੈਸਾ ਦੇ ਦਿਓ ਜੀ, ਅਸੀਂ ਮੰਡੀਆਂ ਅਪਡੇਟ ਕਰਨੀਆਂ ਨੇ ਅਤੇ ਨਾਲ ਨਾਲ ਸੜਕਾਂ ਅਪਡੇਟ ਕਰਨੀਆਂ ਨੇ। ਹਜੇ ਤੱਕ ਉਹ ਪੈਸਾ ਮਿਲਿਆ ਨਹੀਂ, ਦੇਖਦੇ ਹਾਂ ਜੇ ਦਿੰਦੇ ਠੀਕ ਹੈ, ਨਹੀਂ ਤਾਂ ਅਸੀਂ ਕੋਈ ਫਿਰ ਹੋ ਸਕਦਾ ਸਾਨੂੰ ਕੋਈ ਲੀਗਲੀ ਅਸੀਂ ਕੋਈ ਮਾਣਯੋਗ ਅਦਾਲਤ ਦੇ ਵਿੱਚ ਜਾ ਕੇ ਆਪਣਾ ਹੱਕ ਲਈਏ, ਕਿਉਂਕਿ ਸਾਡਾ ਹੱਕ ਹੈ ਉਹ ਅਸੀਂ ਕੋਈ ਭੀਖ ਨਹੀਂ ਮੰਗਦੇ, ਸਾਡਾ ਹੱਕ ਹੈ RDF ਦਾ ਪੈਸਾ ਜਿਹੜਾ ਉਹ ਪੰਜਾਬ ਦਾ ਮਿਲੇ। ਕਿਉਂਕਿ ਅਸੀਂ ਤਾਂ ਉਹ ਐਕਟ ਵੀ ਚੇਂਜ ਕਰ ਲਿਆ, ਇਸ ਤੋਂ ਪਹਿਲਾਂ ਕੈਪਟਨ ਸਾਹਿਬ ਦੀ ਸਰਕਾਰ ਨੇ ਉਹ ਪੈਸੇ ਦਾ ਗਲਤ ਇਸਤੇਮਾਲ ਕਰ ਲਿਆ ਸੀ, ਕਿਤੇ ਹੋਰ ਇਸਤੇਮਾਲ ਕਰ ਲਿਆ ਸੀ, ਤਾਂ ਉਹਨਾਂ ਨੇ ਫੰਡ ਰੋਕਤੇ ਸੀਗੇ ਕਿ ਇਹਦੇ ਵਿੱਚ ਐਕਟ ਦੇ ਵਿੱਚ ਇਹ ਕਹੋ ਕਿ ਮੰਡੀਆਂ ਅਤੇ ਮੰਡੀਆਂ ਨਾਲ ਰਿਲੇਟਡ ਸੜਕਾਂ ਹੀ ਬਣਾਈਆਂ ਜਾਣਗੀਆਂ। ਉਹ ਅਸੀਂ ਕਰਤਾ ਬਣਾਉਣੀ ਅਸੀਂ ਮੰਡੀਆਂ ਅਤੇ ਮੰਡੀਆਂ ਨਾਲ ਰਿਲੇਟਡ ਸੜਕਾਂ ਨੇ। ਸੋ RDF ਦਾ ਪੈਸਾ ਜਿਹੜਾ ਉਹਦੀ ਅਸੀਂ ਉਮੀਦ ਕਰਦੇ ਹਾਂ ਕਿ ਜਲਦੀ ਰਿਲੀਜ਼ ਕਰ ਦੇਣਗੇ। CCL ਦਾ ਪੈਸਾ ਆ ਗਿਆ ਅਤੇ ਇੱਕ ਇੱਕ ਦਾਣਾ ਜਿਹੜਾ ਉਹ ਅਸੀਂ ਚੱਕਾਂਗੇ ਮੰਡੀਆਂ, ਸਾਰੇ ਪ੍ਰਬੰਧ ਨੇ। ਅਤੇ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਝੋਨਾ ਅਤੇ ਉਹਦੇ ਵਾਸਤੇ ਬਿਜਲੀ, ਉਹਦੀ ਤਿਆਰੀ ਹੈ ਸਾਡੀ। ਔਰ ਫਸਲਾਂ ਦੇ ਵਿੱਚ ਕੀ ਜਿਹੜੀ ਵਿਭਿੰਨਤਾ ਲਿਆ ਸਕਦੇ ਹਾਂ, ਬਾਸਮਤੀ ਨੂੰ ਅਸੀਂ ਬੜਾਵਾ ਦੇਵਾਂਗੇ, ਨਰਮਾ ਕਪਾਹ ਉਹਨੂੰ ਉਸ ਫਸਲ ਨੂੰ ਬੜਾਵਾ ਦੇਵਾਂਗੇ। ਜਿਹੜੀਆਂ ਫਸਲਾਂ ਪਾਣੀ ਘੱਟ ਲੈਂਦੀਆਂ ਨੇ, ਬਿਜਲੀ ਦੀ ਵੀ ਬੱਚਤ ਹੋਵੇ, ਪਾਣੀ ਦੀ ਵੀ ਬੱਚਤ ਹੋਵੇ, ਨਾਲ ਨਾਲ ਜਿਹੜਾ ਉਹਦੇ 'ਚ ਮੁਨਾਫਾ ਵੀ ਹੋਵੇ। ਸੋ ਅਸੀਂ ਖੇਤੀ ਜਿਹੜੀ ਹੈ ਬਹੁਤ ਮਾਡਰਨ ਤਰੀਕੇ ਨਾਲ ਕਿਸਾਨਾਂ ਨੂੰ ਦੱਸ ਕੇ ਅਤੇ ਕਿਸਾਨਾਂ ਤੋਂ ਪੁੱਛ ਕੇ ਕਰਾਂਗੇ। ਜੀ ਸ਼ਰਮੀ, ਤੁਹਾਡੇ ਲਈ ਮਾਨ ਸਾਹਿਬ, ਪਹਿਲੀ ਗੱਲ ਤਾਂ ਇਹ ਹੈ ਵੀ ਤੁਸੀਂ ਕਿਹਾ ਵੀ PDF ਜਿਹੜੀ ਇਹਨਾਂ ਨੂੰ ਕਰੇਗੀ, ਇੱਥੇ ਇੱਕ ਬਹੁਤ ਦੇਖੋ ਬਾਦਲ ਸਾਹਿਬ ਦੇ ਪਿੰਡ ਨੂੰ ਜਾਓ, ਦੇਖੋ ਤਾਂ ਪਾਮ ਟਰੀ ਵਾਲੀਆਂ ਬੜੀਆਂ ਸ਼ਹਿਨਸ਼ਾਹ ਸੀਗੇ ਬਣਾ ਲਈਆਂ, ਪਟਿਆਲੇ ਜਾਓ ਤਾਂ ਉਹਨਾਂ ਦੀ ਸ਼ਹਿਨਸ਼ਾਹ ਸੀ ਉਹਨਾਂ ਨੇ ਬਣਾ ਲਈਆਂ, ਅਨੰਦਪੁਰ ਸਾਹਿਬ ਸ਼ਹਿਨਸ਼ਾਹ ਅਤੇ ਸ਼ਹਿਨਸ਼ਾਹ ਦਾ ਘਰ ਜੀ, ਇਸ ਜਗ੍ਹਾ ਦੇ ਉੱਤੇ ਜਦੋਂ ਗੜਸ਼ੰਕ ਤੋਂ ਅਨੰਦਪੁਰ ਸਾਹਿਬ ਆਉਂਦੇ ਹਾਂ ਜੀ, ਤਾਂ ਆ ਬੈਂਸ ਸਾਹਿਬ ਦੀ ਹਿੰਮਤ ਨਾਲ ਥੋੜ੍ਹੀ ਹੁਣ ਸੜਕ ਰਿਪੇਅਰ ਹੋਈ ਹੈ, ਲੇਕਿਨ ਉਸ ਤੋਂ ਪਹਿਲਾਂ ਜਾਂ ਉਸ ਤੋਂ ਬਾਅਦ ਵੀ ਮੈਂ ਕਹਿੰਦਾ ਅੱਜ ਦੀ ਤਾਰੀਖ ਦੇ ਵਿੱਚ ਜੋ ਸੜਕ ਇੰਨਾ ਬੁਰਾ ਹਾਲ ਦੇ ਵਿੱਚ, ਕਦੀ ਗਡਕਰੀ ਸਾਹਿਬ ਆ ਕੇ 4-lane ਸੜਕ ਬਣਾ ਜਾਂਦੇ ਆ ਜੀ, 4-lane ਦਾ ਉਦਘਾਟਨ ਕਰ ਜਾਂਦੇ ਆ ਜੀ, ਕਦੀ ਆ ਕੇ ਪੰਜਾਬ ਦੇ ਪਹਿਲੇ ਕਾਂਗਰਸ ਵੇਲੇ ਆ ਕੇ ਇੱਥੇ ਉਦਘਾਟਨ ਕਰਕੇ ਜੀ, ਉਸ ਸੜਕ ਦਾ ਕੋਈ ਨਹੀਂ ਚਲਾਉਂਦਾ। ਦੂਸਰੀ ਗੱਲ ਕਿਸਾਨਾਂ ਦਾ ਜੁਬੀ ਅਸਰ ਆ, ਹੁਣੇ ਹੁਣੇ ਇੱਥੇ ਜਿੱਥੇ ਕਿਸਾਨ ਭਰਾ ਆ ਸਾਡੇ ਇੱਥੇ ਵਾਲੇ ਇਲਾਕੇ ਵਾਲੇ ਮੈਨੂੰ ਮਿਲੇ ਆ ਜੀ, ਉਹਨਾਂ ਨੇ ਮੈਨੂੰ ਇਹੀ ਕਿਹਾ ਵੀ ਗੋਦਾਵਰੀਆਂ ਵੀ ਹੁੰਦੀਆਂ, ਸਭ ਕੁਝ ਹੁੰਦਾ ਹੈ, ਸਾਨੂੰ ਚੈੱਕ ਦੇਣ ਲੱਗਿਆ ਸਾਡਾ, ਕਿਉਂਕਿ ਸਾਡੇ ਕੋਲ ਕਿਹਾ ਜੀ 1 acre ਜਗ੍ਹਾ ਵੀ ਕਿਸੇ ਕੋਲ ਹੋਏਗੀ, ਬਹੁਤ ਘੱਟ ਜਗ੍ਹਾ ਹੈਗੀ ਅਸੀਂ ਲੋਕਾਂ ਕੋਲ, ਅਤੇ ਉਹ ਕਹਿੰਦੇ ਸਾਨੂੰ ਕੋਈ 10-20 rupees ਦਾ ਚੈੱਕ ਵੀ ਅੱਜ ਤੱਕ ਕਿਸੇ ਨੇ ਕੋਈ ਨਹੀਂ ਦਿੱਤਾ ਹੈਗਾ, ਖਾਸ ਕਰਕੇ ਆਹ ਸਾਰਾ ਏਰੀਆ ਜੀ ਜਿਹੜਾ। ਦੇਖੋ ਤੁਸੀਂ ਸ਼ਮੀ ਡਾਬਰਾ ਜੀ, ਧੰਨਵਾਦ, ਤੁਸੀਂ ਸਵਾਲ ਪੁੱਛਿਆ, ਤੁਸੀਂ ਦੋਨੇ ਗੱਲਾਂ ਜਿਹੜੀਆਂ ਪੁੱਛੀਆਂ ਨੇ ਉਹ ਪਿਛਲੀਆਂ ਸਰਕਾਰਾਂ ਨਾਲ ਸੰਬੰਧ ਪੁੱਛੀਆਂ ਨੇ। ਦੇਖੋ ਮੈਂ ਕਿਹਾ ਜੀ ਇਕੱਲੀ ਇਹ ਨਹੀਂ ਜੀ, ਸਾਰੇ ਪੰਜਾਬ ਦੀਆਂ ਸੜਕਾਂ ਸੀ, ਖਾਸ ਤੌਰ 'ਤੇ ਜਿੱਥੇ ਆਸਥਾ ਜੁੜੀ ਹੋਈ ਹੈ। ਫਤਿਹਗੜ੍ਹ ਸਾਹਿਬ ਮੈਂ ਮੱਥਾ ਟੇਕਣ ਗਿਆ, ਇਹ ਆਪਣੇ ਜਿਹੜੀ ਸ਼ੋਕ ਸਭਾ ਉਹ ਤੋਂ ਪਹਿਲਾਂ ਮੈਂ ਗਿਆ, ਤਾਂ ਮੈਨੂੰ ਉੱਥੇ ਪ੍ਰਬੰਧਕੀ ਕਮੇਟੀ ਨੇ ਕਿਹਾ ਜੀ 18 ਪਿੰਡਾਂ ਦੀਆਂ ਸੜਕਾਂ ਆਉਂਦੀਆਂ ਨੇ ਜਿਹੜੀਆਂ ਗੁਰਦੁਆਰਾ ਸਾਹਿਬ ਨੂੰ ਆਉਂਦੀਆਂ ਨੇ, ਅਤੇ ਮੈਂ ਇਮੀਡੀਏਟਲੀ ਜਾ ਕੇ ਅਗਲੇ ਦਿਨ ਹੀ ਅਸੀਂ ਉਹਦਾ ਸਰਵੇ ਕਰਵਾਇਆ, ਮੁਆਇਨਾ ਕਰਾਇਆ, 18 ਦੇ 18 ਪਿੰਡਾਂ ਨੂੰ ਅਸੀਂ ਪੈਸੇ 7 crore ਤੋਂ ਉੱਪਰ ਜਾਰੀ ਕੀਤੇ ਕਿ 18 ਦੀਆਂ 18 ਪਿੰਡਾਂ ਦੀਆਂ ਸੜਕਾਂ ਜਿਹੜੀਆਂ ਨੇ ਉਹ 18 ਫੁੱਟ ਆਉਣੀਆਂ ਚਾਹੀਦੀਆਂ ਨੇ, ਤਾਂ ਕਿ ਜਿਹੜੀ ਜਦੋਂ ਸਭਾ ਹੁੰਦੀ ਆ ਉਸ ਵੇਲੇ ਪਾਰਕਿੰਗ ਦੀ ਜਾਂ ਕੋਈ ਹੋਰ ਦਿੱਕਤ ਨਾ ਆਵੇ। ਪਰ ਇਸ ਤੋਂ ਪਹਿਲਾਂ ਕਦੇ ਨਹੀਂ ਸੋਚਿਆ ਗਿਆ ਸੀ, ਆਹ ਜਿਹੜਾ ਖਾਲਸੇ ਦੀ ਸਾਜਨਾ ਧਰਤੀ ਹੈ, ਇੱਥੇ ਜਿੰਨੇ ਵੀ ਸੜਕਾਂ ਦੇ ਆਲੇ ਦੁਆਲੇ ਜਿਹੜੇ ਟੈਂਡਰ ਨੇ ਉਹ ਟੈਂਡਰ ਲੱਗ ਚੁੱਕੇ ਨੇ, ਅਤੇ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਆਹ ਜਿਹੜਾ ਫਰਵਰੀ ਤੱਕ ਸੜਕਾਂ ਨਹੀਂ ਬਣਦੀਆਂ ਉਹ ਠੰਡ ਕਰਕੇ, ਉਹਨੇ ਸੜਕਾਂ ਦਾ ਬਣਨ ਦਾ ਕੰਮ ਸ਼ੁਰੂ ਹੋ ਗਿਆ। ਮੈਨੂੰ ਉਮੀਦ ਹੈ ਕਿ ਜਦੋਂ ਮੈਂ ਨੈਕਸਟ ਟਾਈਮ ਆਊਂਗਾ ਤੁਹਾਡੇ ਸਾਹਮਣੇ, ਤਾਂ ਤੁਸੀਂ ਕਾਫੀ ਜਿਹੜਾ ਸੁਧਾਰ ਤੁਹਾਡੇ ਤੋਂ ਹੀ ਤੁਹਾਨੂੰ ਹੀ ਉਹਨਾਂ ਸੜਕਾਂ 'ਤੇ ਮਿਲ ਲਾਂਗੇ ਆਪਾਂ। ਇੱਕ ਮਿੰਟ, ਇਹਨਾਂ ਦਾ ਦੂਜਾ ਸਵਾਲ ਹੈ, ਬਿਲਕੁਲ ਸਹੀ ਗੱਲ ਹੈ ਇਹ ਤੁਹਾਡੀ, ਪਹਿਲਾਂ ਜ਼ਖਮਾਂ 'ਤੇ ਲੂਣ ਛਿੜਕਿਆ ਜਾਂਦਾ ਸੀ, ਮੇਰੇ ਕੋਲ ਕਿਸਾਨਾਂ ਦੇ 24-24 rupees ਦੇ ਚੈੱਕ ਵੀ ਆਏ ਨੇ, 112 rupees ਦਾ ਚੈੱਕ ਵੀ ਉਹਨੇ ਦਿਖਾਇਆ, ਕਹਿੰਦਾ ਜੀ ਮੈਂ ਕਿੱਥੇ ਖਾਤਾ ਖੁਲਾਵਾਂ, ਮੇਰੇ ਇਦੂ ਵੱਧ ਤਾਂ ਮੇਰੇ ਖਾਤਾ ਖੁਲਾਉਣ 'ਤੇ ਲੱਗ ਜਾਣਗੇ। ਸੋ ਉਹ ਵੀ ਬਾਊਂਸ ਹੋ ਜਾਂਦੇ ਸੀ। ਅਸੀਂ ਇਸ ਤਰ੍ਹਾਂ ਦਾ ਮਜ਼ਾਕ ਨਹੀਂ ਕਰਦੇ, ਅਸੀਂ ਜੋ ਕਹਿੰਦੇ ਹਾਂ ਉਹ ਕਰਦੇ ਹਾਂ।
जो कर नहीं सकते वो असी कहिंदे ही नहीं। मैं असी वादा कीता ये मैं गल जो मैं 25-26 नूं मैं गया तलवंडी साबो दे एरिए मलोड़ दे एरिए भाई रूपा उधर एरिए तो मैं उस दिन कहा सीगा कि 10 दिनों के मैं गिरदावरी चाहिए है अफसर क्या तो विसाखी 14 की है मतलब 14 तरीक तक अज अज जी पहली होगी 14 दिन रह गए 14 दो हफ्तों के असी एक बड़ा इकट्ठ लोगों का करके पहले 15,000 के चैक जोड़े उन्होंने सपुरद करा DBT उन्होंने पेगी और ये असी कदे भी इस तरह की अनाउंसमेंट नहीं हैगी साड़ी कि असी अनाउंस करता हो पहुँचना हो 1500 रुपया जोड़े डायरैक्ट बिजाई वाले से उन्होंने खात्या पहुँच गया 7275 रुपया मूंगी का क्या सीगा जिदी 6500 विकी असी 775 अपने पल्यों पा के 7275 पूरा किया। सो असी वह गल कहते ही नहीं पहले मैं बजट पुछदा कि हो सकता ये जे 4 गल्लां कह के तुसी 3 पूरियां करोगे तो कमी है जे तुसी 3 कह के 4 कर दोगे तो लोग ज़्यादा वो करते हैं कि घट्टो घट कहें उही है जो जो ये कर सकते हैं। सो साडे सरकार दे विच ना तो कोई माफिया है ना कोई रेत माफिया है ना कोई बस माफिया है ना कोई किसी किस्म का होर माफिया है। रेते का भी तुसी देखियो कि हुण असी पब्लिक दीआं माइंस खोलतीआं वो पहलां क्यों नहीं चलिया जी हैगियां पहलां भी सी पर बिची उन्होंने दूजिया के कमर्शियल के नाल ही ला लें। सो हर एक चीज़ जी है लोगों की हक सब तो वो दरिया ने दरिया कुदरत ने दिते ने तो उ 3 करोड़ पंजाबियों का अधिकार है दरिया किसी खास परिवार के थोड़ी ने वो अपना कब्जा करके बह गए। सो इस करके इस बार का बजट भी जोड़ा वो एजुकेशन का भी वो असी हैल्थ का भी और स्पोर्ट्स का भी खास तौर पर कोटे रखे ने ता कि असी सारे पास सर्वपक्षी विकास हो नहीं शमी जी पर कट्ठे तुसीं तां कमेंट्री करदे रहे कबड्डी दे मैच देखो पता की है पहली गल तो यह है कि साडे वल्लों पानी तैयार है नहरां वाला असीं सारी रिपेयर जिहड़ी कर चुके हां नरमे ते कपाह वास्ते फाजिलका वाला जिहड़ा बैल्ट है ना टेल कह दें जिन्हों फाजिलका बोर जलालाबाद ममदोट ये एरिया बहुत ज़्यादा नुकसान हो गया उत्थे बरोड़ा भी उत्थे आया गड़े भी पे ने। सो जो नरमा हो इस बार लेट बीजेंगे उन्होंने पहले 2-3-4 पानी जोड़े ने वो नरमे नाल ही पूरे हो गए और असी कल कैबिनेट के कनाल जोड़ा अपना नहरी एक्ट है ना 1857 का बनया हुआ सेंटर ने उन्होंने रिपील कर लिया असी भी उन्होंने हूँ दोबारे बनावे हूँ जोड़ा असी एक्ट बनावे नहर का ना वो अगले 50 साल वास्ते चलूगा क्योंकि बहुत सारे बरसाती नाले बंद हो गए लोगों ने बहा ले जा दरख्त उग गया है उन्होंने भी रिवाइव करांगे ताकि असी क्योंकि असी पहले जो ट्यूबवैल चलाए बड़ा 20 फुट तो पानी आ जाता सी बड़े चाँ ना ही ट्यूबवैल लाते रहे अज 14 लाख ट्यूबवैल है अज 9 गोबिंद सागर झीलों जिन्ना पानी एक झोने के सीजन च कढ लैने थलों तो थलों पानी मुकन लगे हूँ सानू दोबारे फिर कस्सियां जा सूए जो दोबारे उस पानी वाल जावांगे तो फिर पानी की धरती है जितों शुरू हुंदा ते जेडे सतलुज तो पानी लैके गुरु साहब ने अमृत बनाया सी लुधियाने तक जाते जाते वह जहर बन जाता है। सो ये पानी की जिहड़ी प्रदूषित पानी है वह भी मसला हल करांगे ते नहरी सिस्टम नूं असीं पूरा रिवाइव करांगे अपनी आजादी तो भी पहलां दा बनिया होया इस करके हुण अजकल एक होर असीं डिसाइड कीता तुहाडे सवाल तो याद आ गया कि पहलां कस्सियां हुंदियां सी उहनूं ढह गईआं हुण पाइपां पाउण दा आ गया जमाना अंडरग्राउंड पाइपां उहदे च की सीगा कि 10% पंचायत ने देना हुंदा सी 90% पैसा जिहड़ा गवर्नमेंट दा 1 करोड़ दा जे बन गया एसटीमेट भी करोड़ दीआं पाइपां पैणगीआं 10 लाख पंचायत ने देना कई पंचायतों को इनकम का साधन नहीं सी 10 लाख नहीं दे सकते तो 90 लाख वापस चला जाता है असी हूँ वह भी शर्त हटाती 10 लाख भी पंचायत तो नहीं लेना 100% सरकार देगी असी पाइपा पावे और जिते पहले नक्के होंगे सी उत्थे पॉइंट छड़ांगे ताकि उन्होंने नहरी पानी मिल सके ट्यूबवैलों चो पानी अपना जोड़ा वो घट तो घट वरतीए जिमें पूसा 44 है 153 दिन पकती है जी तो जी PR 126 है 128 है वह 93 दिन पकती है। सो असी कोशिश ये करनी है कि घट तो घट पानी लैन वाली फसल जी है वो असी भिजवाइए ताकि लोगों को भी फायदा हो बिजली का भी लोगों जोड़ा घट घट वरती जाए तो
ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਵਾਲੇ ਤਿੰਨੋਂ ਦਰਜੇ ਜਿਹੜੇ ਨੇ ਉਹ ਵੀ ਕਹਿੰਦੇ ਹਾਂਜੀ ਹਾਂਜੀ ਹਿਮਾਚਲ ਦੇ ਮਾਣਯੋਗ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਜੀ ਆਏ ਸੀਗੇ ਉਹਨਾਂ ਨੇ ਉਸ ਦਿਨ ਜ਼ਿਕਰ ਵੀ ਕੀਤਾ ਸੀਗਾ ਇਹ ਜਿਹੜਾ ਹਾਂਜੀ ਰੋਪਵੇ ਜਿਹੜਾ ਆਨੰਦਪੁਰ ਸਾਹਿਬ ਵਾਲਾ ਤੇ ਇੱਕ ਪਠਾਨਕੋਟ ਤੋਂ ਡਲਹੌਜ਼ੀ ਰੋਪਵੇ ਵਾਲਾ ਇਹ ਦੋ ਪ੍ਰੋਜੈਕਟ ਮੈਂ ਡਿਸਕਸ ਕੀਤੇ ਸੀ ਉਹਨਾਂ ਨਾਲ ਤੇ ਇਹਨੂੰ ਅਸੀਂ ਸਪੀਡ ਅਪ ਕਰਕੇ ਬਹੁਤ ਜਲਦੀ ਇਹਨਾਂ ਨੂੰ ਅਸੀਂ ਜਿਹੜਾ ਕੰਪਲੀਟ ਕਰ ਦਾਂਗੇ ਤਾਂ ਕਿ ਇਹ ਜਲਦੀ ਲੋਕ ਜਿਹੜੇ ਨੇ ਉਹ ਰੋਪਵੇ ਰਾਹੀਂ ਨੈਣਾ ਦੇਵੀ ਤੇ ਪਠਾਨਕੋਟ ਤੋਂ ਹੁਸ਼ਿਆਰਪੁਰ ਆਪਣਾ ਡਲਹੌਜ਼ੀ ਵਾਲਾ ਹਾਂਜੀ ਦੇਖੋ ਸਭ ਤੋਂ ਸੋਹਣਾ ਏਰੀਆ ਤੁਹਾਡਾ ਸਭ ਤੋਂ ਕੁਦਰਤ ਨੇ ਜੋ ਹੈਲੀ ਜੋ ਜੋ ਮਤਲਬ ਦਰਿਆ ਨੀਲੇ ਰੰਗ ਦਾ ਪਾਣੀ ਇਹ ਜਿਹੜੀ ਤੁਹਾਡੀ ਬੈਲਟ ਹੈ ਇਹਨੂੰ ਅਸੀਂ ਟੂਰਿਜ਼ਮ ਵਾਸਤੇ ਬਹੁਤ ਵੱਡੇ ਤਰੀਕੇ ਨਾਲ ਡਿਵੈਲਪ ਕਰ ਰਹੇ ਹਾਂ ਫਿਲਮ ਸਿਟੀ ਇੱਕ ਫਿਲਮ ਸਿਟੀ ਪਲਾਨ ਕਰ ਰਹੇ ਹਾਂ ਇਸ ਏਰੀਏ 'ਚ ਤਾਂ ਕਿ ਇੱਥੇ ਜਿਹੜੇ ਬਾਲੀਵੁੱਡ ਦੀਆਂ ਮੂਵੀਜ਼ ਜਾਂ ਪੰਜਾਬੀ ਦੀਆਂ ਮੂਵੀਜ਼ ਇੱਥੇ ਸ਼ੂਟ ਹੋਣ ਹਰ ਇੱਕ ਚੀਜ਼ ਇੱਥੇ ਮੌਜੂਦ ਹੈ ਫਿਲਮ ਸਿਟੀ ਆਊਗੀ ਤਾਂ ਨਾਲ ਹੋਟਲਸ ਅਤੇ ਨਾਲ ਧਾਰ ਕਲਾਂ ਜਿਹੜਾ ਉੱਥੇ ਐਡਵੈਂਚਰ ਸਪੋਰਟਸ ਗੋਬਿੰਦ ਸਾਗਰ ਆਪਣਾ ਰਣਜੀਤ ਸਾਗਰ ਡੈਮ ਜਿਹੜਾ ਉਹਦੇ ਵਿੱਚ ਜਿਹੜਾ 16 acres ਦਾ ਇੱਕ ਆਈਲੈਂਡ ਹੈ ਉਹਨੂੰ ਵੀ ਡਿਵੈਲਪ ਕਰਨ ਦਾ ਸੋ ਇਹ ਏਰੀਏ ਨੂੰ ਅਸੀਂ ਵਾਟਰ ਟੂਰਿਜ਼ਮ ਐਂਡ ਐਡਵੈਂਚਰ ਸਪੋਰਟਸ ਪਹਿਲੀ ਵਾਰ ਹੋਇਆ ਕਿ ਕਿਸੇ ਸਰਕਾਰ ਨੇ ਟੂਰਿਜ਼ਮ ਵਾਟਰ ਟੂਰਿਜ਼ਮ ਐਂਡ ਐਡਵੈਂਚਰ ਸਪੋਰਟਸ ਦੀ ਅਲੱਗ ਤੋਂ ਪੋਲਿਸੀ ਡਿਕਲੇਅਰ ਕੀਤੀ ਹੈ ਸੋ ਇਸ ਏਰੀਏ ਨੂੰ ਅਸੀਂ ਬਹੁਤ ਵੱਡਾ ਇੱਕ ਟੂਰਿਸਟ ਹੱਬ ਬਣਾਵਾਂਗੇ ਤਾਂ ਕਿ ਲੋਕਾਂ ਦਾ ਜਿਹੜਾ ਜਿਹੜਾ ਇੱਥੋਂ ਦੇ ਲੋਕਾਂ ਨੂੰ ਰੋਜ਼ਗਾਰ ਦੇ ਸਕੇ ਸਾਡੀ ਕੋਈ ਵੀ ਪਲੈਨਿੰਗ ਏਦਾਂ ਦੀ ਨਹੀਂ ਹੋਊਗੀ ਜਿਹੜੀ ਕਾਗਜ਼ਾਂ ਚ ਫਸ ਜੇ ਮੈਂ ਆਪ ਖੁਦ ਗਿਆ ਸੀਗਾ ਚੇਨਈ ਦੀ ਇੱਕ ਬਹੁਤ ਵੱਡੀ ਕੰਪਨੀ ਹੈ ਵੰਡਰਲਾ ਉਹ ਜਿਵੇਂ ਵੰਡਰਲੈਂਡ ਹੈ ਦੁਨੀਆ ਦੀ ਸਭ ਤੋਂ ਵੱਡੀ ਪਾਣੀ ਦੀ ਸਪੋਰਟਸ ਦਾ ਹੈ ਉਹ ਵੰਡਰਲਾ ਉਹਨਾਂ ਦਾ ਨਾਮ ਹੈ ਬਹੁਤ ਵੱਡਾ ਨਾਮ ਹੈ ਉਹਨਾਂ ਦਾ ਦੁਨੀਆ 'ਚ ਅਤੇ ਉਹ ਵੰਡਰਲਾ ਛੱਤਬੀੜ ਉਹਨਾਂ ਨੂੰ ਅਸੀਂ ਇਲਾਕਾ ਵੀ ਦਿਖਾਤਾ ਇਹ ਸਾਰਾ ਤੁਹਾਡਾ ਕਿ ਤੁਸੀਂ ਜਿੱਥੇ ਮਰਜ਼ੀ ਜਗ੍ਹਾ ਚੁਣ ਲਓ ਇਹ ਆ ਇੱਥੇ ਇੱਕ ਆਪਣਾ ਇਲਾਕਾ ਜਿਹਨੂੰ ਮਿੰਨੀ ਗੋਆ ਕਹਿੰਦੇ ਆਪਾਂ ਇੱਥੇ ਪਾਣੀ ਜਿਹੜਾ ਅੰਦਰ ਅਤੇ ਪੰਜਾਬੀ ਹਾਂ ਅਸੀਂ ਕਿਸੇ ਗੱਲ 'ਚ ਮਿੰਨੀ ਨਹੀਂ ਬਣਦੇ ਅਸੀਂ ਤਾਂ ਮੇਨ ਹੀ ਬਣਦੇ ਹੁੰਦੇ ਹਾਂ ਸੋ ਅਸੀਂ ਐਡਾ ਵਧੀਆ ਜਿਹੜਾ ਟੂਰਿਜ਼ਮ ਕਿਉਂਕਿ ਇੱਥੋਂ ਮਨਾਲੀ ਨੂੰ ਜਾਂਦੇ ਆ ਇੱਥੋਂ ਲੋਕ ਬਹੁਤ ਘੁੰਮਣ ਆਉਂਦੇ ਆ ਜਾਂ ਧਾਰਮਿਕ ਟੂਰਿਜ਼ਮ ਹੈ ਇੱਥੇ ਨਾ ਪਰ ਅਸੀਂ ਇਹ ਚਾਹੁੰਦੇ ਹਾਂ ਕਿ ਇੱਥੇ ਆਉਣ ਲੋਕ ਤਾਂ ਉਹ ਆ ਕੇ ਇੱਥੇ 2-3 days ਸਪੈਂਡ ਕਰਨ ਤਾਂ ਫਿਰ ਦੇਖੋ ਇੱਕ ਛੋਟਾ ਜਿਹਾ ਉਹਨਾਂ ਨੇ ਨੂਰਪੁਰ ਵੇਦੀ ਇੱਕ ਬਣਾਇਆ ਹਾਂਜੀ ਉਹ ਰੈਸਟੋਰੈਂਟ ਹੈ ਉਹ ਵੀ ਬਹੁਤ ਬਿਜ਼ੀ ਹੈ ਜੇ ਗੌਰਮੈਂਟ ਅਪ ਚਾਹੇ ਤਾਂ ਬਹੁਤ ਵਧੀਆ ਕਰ ਸਕਦੇ ਔਰ ਅਸੀਂ ਸਾਰੇ ਜਿੰਨੇ ਵੀ ਨਹਿਰਾਂ 'ਤੇ ਰੈਸਟ ਹਾਊਸ ਕੁਛ ਤਾਂ ਇਹਨਾਂ ਨੇ ਵੇਚ ਬੂਚ 'ਤੇ ਆਪਣੇ ਚਹੇਤਿਆਂ ਨੂੰ ਕੁਛ ਤਾਂ ਖੰਡਰ ਬਣ ਗਏ ਜਿਵੇਂ ਪਿੰਕਾਸ਼ੀਆ ਖੰਡਰ ਬਣ ਗਿਆ ਪਿੰਕਾਸ਼ੀਆ ਨੂੰ ਵੀ ਅਸੀਂ ਮਤਲਬ ਬਹੁਤ ਵਧੀਆ ਤਰੀਕੇ ਨਾਲ ਡਿਵੈਲਪ ਕਰਾਂਗੇ ਅਤੇ ਅਮਲਤਾਸ ਹੈ ਲੁਧਿਆਣੇ ਉਹਨਾਂ ਨੂੰ ਕਰਾਂਗੇ ਜਿੰਨੇ ਵੀ ਫੋਰੈਸਟ ਡਿਪਾਰਟਮੈਂਟ ਦੇ ਜਿਵੇਂ ਤੁਸੀਂ ਹੁਣ ਚੌਹਾਲ ਜਾ ਕੇ ਦੇਖਿਓ ਹੁਣ ਫੋਰੈਸਟ ਡਿਪਾਰਟਮੈਂਟ ਦਾ ਚੌਹਾਲ ਵਾਲਾ ਜਿਹੜਾ ਸੀਗਾ ਉਹ ਦੋ ਕਮਰਿਆਂ ਦਾ ਰੈਸਟ ਹਾਊਸ ਸੀ ਹੁਣ ਅਸੀਂ ਉਹਨੂੰ ਡਿਵੈਲਪ ਕਰਤਾ ਮੇਰੇ ਉਂਗਲਾਂ 'ਤੇ ਪਏ ਨੇ ਸਾਰੇ ਜੀ ਮੈਂ ਮਤਲਬ ਕਾਗਜ਼ਾਂ ਕੂਗਾਂ 'ਚ ਰੱਖਣ ਨਹੀਂ ਦਿੰਦਾ ਜਦੋਂ ਤੁਹਾਡੇ ਕੋਲ ਸਾਰਾ ਕੁਛ ਹੋਵੇ ਹੀ ਉਂਗਲਾਂ 'ਤੇ ਤਾਂ ਫਿਰ ਉਹ ਚੀਜ਼ ਕਾਗਜ਼ਾਂ 'ਚ ਕਿਵੇਂ ਫਸ ਜੂਗੀ ਠੀਕ ਹੈ ਨਾ ਸੋ ਕਾਗਜ਼ਾਂ 'ਤੇ ਇਹਨਾਂ ਨੂੰ ਪਤਾ ਹੀ ਨਹੀਂ ਇਹਨੇ ਕਦੇ ਨਾ ਤਾਂ ਲੋਕਾਂ 'ਚ ਜਾ ਕੇ ਦੇਖਿਆ ਐਸੇ ਮਹਿਲਾਂ ਦੀਆਂ ਕੰਧਾਂ ਉੱਚੀਆਂ ਸੀ ਦਰਵਾਜ਼ੇ ਵੀ ਉੱਚੇ ਕੁੰਡੇ ਵੀ ਬਹੁਤ ਵੱਡੇ ਵੱਡੇ ਸੀ ਅੰਦਰੋਂ ਕੁੰਡੇ ਬੰਦ ਕਰ ਲਏ ਲੋਕਾਂ ਨੂੰ ਮਿਲੇ ਨਹੀਂ 5 ਸਾਲਾਂ ਬਾਅਦ ਲੋਕਾਂ ਨੂੰ ਮੌਕਾ ਮਿਲਿਆ ਉਹਨਾਂ ਨੇ ਬਾਹਰੋਂ ਕਰਤੇ ਫਿਰ ਉਹ ਆਏ।